PS TET ਦੀ ਹਰ ਇੱਕ ਅਪਡੇਟ ਨੂੰ ਜਾਣਨ ਲਈ ਸਾਡਾ ਚੈਨਲ ਮਾਸਟਰ ਕੈਡਰ ਯੂਨੀਅਨ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਅਪਡੇਟ ਜਿਹੜੀ ਹੈ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ PS TET ਪੇਪਰ 2 ਚੋਂ ਗ੍ਰੇਸ ਤੁਹਾਨੂੰ ਜਿਹੜੀ ਕਿਵੇਂ ਮਿਲੂਗੀ ਆਬਜੈਕਸ਼ਨ ਜਿਹੜੀ ਤੁਸੀਂ ਲਾਉਣੀਆਂ ਉਹ ਕਿਸ ਤਰ੍ਹਾਂ ਲਾਉਣੀਆਂ ਤੇ ਕਿਹੜੇ-ਕਿਹੜੇ ਸਵਾਲਾਂ ਤੇ ਲਾਉਣੀਆਂ ਜਿਹਦੇ ਨਾਲ ਵੱਧ ਤੋਂ ਵੱਧ ਗ੍ਰੇਸ ਮਿਲ ਸਕੇ ਇਸ ਲਈ ਇਸ ਵੀਡੀਓ ਨੂੰ ਪੂਰੇ ਧਿਆਨ ਨਾਲ ਐਂਡ ਤੱਕ ਧਿਆਨ ਨਾਲ ਸੁਣਿਓ PS TET ਪੇਪਰ 2 ਜਿਸ ਦੀ ਕੀ ਅਫੀਸ਼ਲ ਆਨਸਰ ਕੀ ਆ ਚੁੱਕੀ ਹੈ ਕੱਲ ਤੁਸੀਂ ਸਾਰਿਆਂ ਨੇ ਆਪਣੇ ਨੰਬਰ ਚੈੱਕ ਕਰ ਲਏ ਹੋਣੇ ਆ ਜਿਆਦਾਤਰ ਸਟੂਡੈਂਟ ਇਦਾਂ ਦੇ ਨੇ ਜਿਨ੍ਹਾਂ ਦੇ 2 2 3 3 ਨੰਬਰ ਘਟਦੇ ਨੇ ਤਾਂ ਉਹਨਾਂ ਲਈ ਇਹ ਵੀਡੀਓ ਖਾਸ ਕਰਕੇ ਉਹਨਾਂ ਸਟੂਡੈਂਟਸ ਲਈ ਆ ਜਿਨ੍ਹਾਂ ਦੇ 2 2 3 3 4 4 ਜਾਂ 5 5 ਨੰਬਰ ਘਟਦੇ ਆ ਤਾਂ ਉਹ ਇਸ ਵੀਡੀਓ ਨੂੰ ਪੂਰੀ ਗੌਰ ਨਾਲ ਸੁਣਨਾ ਇਹਦੇ ਵਿੱਚ ਆਪਾਂ ਤੁਹਾਨੂੰ ਗ੍ਰੇਸ ਕਿੱਦਾਂ ਮਿਲ ਸਕਦੀ ਆ ਉਹਦੇ ਬਾਰੇ ਪਰ ਡਿਟੇਲ ਚ ਦੱਸਾਂਗੇ ਕਿ ਕਿਦਾਂ ਤੁਸੀਂ ਆਬਜੈਕਸ਼ਨ ਲਾਉਣੀਆਂ ਵੱਧ ਤੋਂ ਵੱਧ ਆਬਜੈਕਸ਼ਨ ਕਿਵੇਂ ਲਾਉਣੀਆਂ ਕਿਉਂਕਿ ਜੇਕਰ ਤੁਸੀਂ ਚਾਹੁੰਦੇ ਹੋ ਥੋੜੇ ਵਾਲੇ ਸਵਾਲ ਤੇ ਵੱਧ ਤੋਂ ਵੱਧ ਆਬਜੈਕਸ਼ਨ ਲੱਗੇ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਕੈਂਡੀਡੇਟਸ ਤੱਕ ਸ਼ੇਅਰ ਕਰੋ ਤਾਂ ਕਿ ਸਾਰੇ ਉਸੇ ਸਵਾਲ ਤੇ ਆਬਜੈਕਸ਼ਨ ਲਾਉਣ ਜਿਹੜਾ ਸਵਾਲ ਆਊਟ ਆਫ ਸਲਿਪਸ ਹੋ ਤੁਸੀਂ ਕਹਿੰਦੇ ਹੋ ਜਾਂ ਜਿਹੜੇ ਸਵਾਲ ਦੇ ਆਨਸਰ ਗਲਤ ਨੇ ਤੁਹਾਨੂੰ ਲੱਗਦਾ ਇਸ ਕਰਕੇ ਇਸ ਵੀਡੀਓ ਨੂੰ ਐਂਡ ਤੱਕ ਪੂਰੇ ਧਿਆਨ ਨਾਲ ਸੁਣਿਓ ਵੀ ਆਬਜੈਕਸ਼ਨ ਲਾਉਣੀ ਕਿੱਦਾਂਗੀ ਤੇ ਕਿਵੇਂ ਲਾਉਣੀ ਹੈ ਤੇ ਇਹਨੂੰ ਸ਼ੇਅਰ ਵੱਧ ਤੋਂ ਵੱਧ ਕੈਂਡੀਡੇਟਸ ਤੱਕ ਕਰਿਓ ਤਾਂ ਕਿ ਵੱਧ ਤੋਂ ਵੱਧ ਲਾਉਣਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਮਾਸਟਰ ਕੈਡਰ ਯੂਨੀਅਨ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਪੀਐਸ ਟੈਟ ਦੀ ਹਰ ਇੱਕ ਅਪਡੇਟ ਰਿਜ਼ਲਟ ਸਬੰਧੀ ਜਾਂ ਕੋਈ ਵੀ ਹੋਰ ਗ੍ਰੇਸ ਮਾਰਕਸ ਤੋਂ ਮਿਲਦੇ ਆ ਕਿੰਨੇ ਮਿਲਦੇ ਆ ਉਹਦੇ ਸਬੰਧੀ ਤੇ ਜੇਕਰ ਤੁਸੀਂ ਕੁਆਲੀਫਾਈ ਕਰਦੇ ਹੋ ਮਾਸਟਰ ਕੈਡਰ ਲਈ ਤਾਂ ਮਾਸਟਰ ਕੈਡਰ ਲਈ ਤੁਹਾਡੇ ਲਈ ਚੈਨਲ ਸਭ ਤੋਂ ਜ਼ਿਆਦਾ ਹੈਲਪਫੁਲ ਰਹੂਗਾ ਕਿਉਂਕਿ ਇਸ ਤੇ ਮਾਸਟਰ ਕੈਡਰ ਦੀ ਡਿਪਾਰਟਮੈਂਟ ਦੀ ਹਰ ਇੱਕ ਨਿੱਕੀ ਵੱਡੀ ਅਪਡੇਟ ਤੁਹਾਨੂੰ ਦਿੱਤੀ ਜਾਂਦੀ ਹੈ ਇਸ ਕਰਕੇ ਤੁਹਾਡੇ ਲਈ ਚੈਨਲ ਬਹੁਤ ਜਿਆਦਾ ਹੈਲਪਫੁਲ ਰਹੂਗਾ ਤੁਸੀਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰਦੇ ਹੋ ਤੇ ਇੱਕ ਲਿੰਕ ਅਸੀਂ ਕਮੈਂਟ ਬਾਕਸ ਦੇ ਵਿੱਚ ਦੇਵਾਂਗੇ ਟੈਲੀਗ੍ਰam ਦਾ ਉਹਨੂੰ ਵੀ ਜੁਆਇਨ ਕਰ ਲਿਓ ਤਾਂ ਹੁਣ ਇਹ ਵੀਡੀਓ ਨੂੰ ਪੂਰੇ ਤੁਸੀਂ ਧਿਆਨ ਨਾਲ ਸੁਣਨਾ ਜਿਨ੍ਹਾਂ ਦੇ ਨੰਬਰ ਘਟਦੇ ਨੇ ਥੋੜੇ ਥੋੜੇ ਤੇ ਉਹਨਾਂ ਨੂੰ ਗ੍ਰੇਸ ਜਿਹੜੀ ਉਹ ਮਿਲ ਸਕਦੀ ਹੈ ਵਧੀਆ ਤੇ ਇਸ ਕਰਕੇ ਵੀਡੀਓ ਨੂੰ ਧਿਆਨ ਨਾਲ ਸੁਣੋ ਪਹਿਲਾਂ ਤੁਸੀਂ ਆਪਣੀ ਜਿਹੜਾ ਪੀਐਸਟੈਟ ਦੀ ਅਫੀਸ਼ੀਅਲ ਸਾਈਟ ਤੇ ਜਾ ਕੇ ਤੁਸੀਂ ਆਪਣੀ ਆਈਡੀ ਨੂੰ ਲੌਗਇਨ ਕਰਨਾ ਹੈ ਉਹ ਤੁਹਾਨੂੰ ਸਭ ਨੂੰ ਪਤਾ ਕਿ ਕਿੱਦਾਂ ਲੌਗਇਨ ਤੁਸੀਂ ਕਰਨਾ ਹੈ ਲੌਗਇਨ ਕਰਨ ਤੋਂ ਬਾਅਦ ਇਦਾਂ ਦਾ ਪੋਰਟਲ ਤੁਹਾਡੇ ਅੱਗੇ ਓਪਨ ਹੋਊਗਾ ਤਾਂ ਉੱਤੇ ਕਲਿੱਕ ਕਰਕੇ ਆ ਆ ਦੇਖੋ ਇਦਾਂ ਤੁਹਾਡਾ ਸਾਰਾ ਡਿਟੇਲ ਨਿਕਲੇ ਤਾ ਇੱਥੇ ਤੁਸੀਂ ਕਲਿੱਕ ਕਰੋਗੇ ਜਦੋਂ ਤਿੰਨ ਡਾਊਟ ਜਿੱਥੇ ਲਾਈਨਾਂ ਨੇ ਤਾਂ ਇੱਥੇ ਨੀਚੇ ਲਿਖਿਆ ਹੋਊਗਾ ਪੀਐਸਟੈਟ ਟੂ ਅਨਸਰ ਕੀ ਫੀਡਬੈਕ ਜੇ ਇੱਥੇ ਜਦੋਂ ਕਲਿੱਕ ਕਰੋਗੇ ਤਾਂ ਨੈਕਸਟ ਪੋਰਟਲ ਆ ਜਿਹੜਾ ਓਪਨ ਹੋਊਗਾ ਜਿੱਥੇ ਤੁਹਾਡੀ ਡਿਟੇਲ ਸਾਹਮਣੇ ਨਿਕਲੇ ਹੋਊਗੀ ਤੇ ਤੁਸੀਂ ਓ ਉਹਨਾਂ objection ਲਾਉਣੀ ਕਿਦਾਂ ਜਿੱਦਾਂ ਮੰਨ ਲਓ ਪਹਿਲਾਂ ਤੁਹਾਡਾ ਪੇਪਰ ਆ ਗਿਆ 2 ਫਿਰ ਤੁਹਾਡਾ ਰੋਲ ਨੰਬਰ ਆ ਗਿਆ ਫਿਰ ਤੁਹਾਡਾ ਸਬਜੈਕਟ ਆ ਗਿਆ SST ਤਾਂ ਫਿਰ ਤੁਸੀਂ ਬੁੱਕਲੇਟ ਸਿਲੈਕਟ ਕਰਨੀਆਂ ਤੁਹਾਡੀ ਬੁੱਕਲੇਟ ਹੈ ਜਿਹੜੀ ਸੀ ਉਹਦੇ ਉੱਤੇ ਜੋ ਤੁਸੀਂ ਜਾਉਂਗੇ ਸਿਲੈਕਟ ਕੁਐਸਚਨ ਬੁੱਕਲੇਟ ਸੀਰੀਜ਼ ਜਿਵੇਂ ਤੁਹਾਡੀ A ਸੀ ਤਾਂ A ਤੇ ਤੁਸੀਂ ਕਲਿੱਕ ਕਰਨਾ ਹੈ ਜੇਕਰ ਤੁਹਾਡੀ B ਸੀ ਤਾਂ B ਤੇ ਕਲਿੱਕ ਕਰ ਦਿਓ C ਸੀ ਤਾਂ C ਤੇ ਸਪੋਜ਼ ਕਰੋ ਸੀ ਤੇ ਕਲਿੱਕ ਕਰਤਾ ਤਾਂ ਸਿਲੈਕਸ਼ਨ ਤਾਂ ਸਿਲੈਕਟ ਯੂਅਰ ਕੁਐਸਚਨ ਨੰਬਰ ਤਾਂ ਇੱਥੇ ਜਾ ਕੇ ਤੁਸੀਂ ਇਸ ਤੋਂ ਬਾਅਦ ਤੁਸੀਂ ਆਪਣਾ ਸਵਾਲ ਜਾਂ ਸਵਾਲਾ ਜਿਹੜਾ ਉਹ ਸਿਲੈਕਟ ਕਰਨਾ ਜਿੱਦਾਂ ਤੁਸੀਂ ਦੇਖੋ ਇਹ ਸਵਾਲ ਆ ਗਏ ਤਾਂ ਇਹਦੇ ਵਿੱਚ ਸੁਪੋਜ਼ ਕਰੋ ਤਿੰਨ ਚਾਰ ਸਵਾਲ ਤਾਂ ਜਿਹੜੇ ਸਾਈਕੋ ਦੇ ਨੇ ਜਿਨ੍ਹਾਂ ਤੇ ਡਾਊਟ ਹੈਗਾ ਆਪਾਂ ਨੂੰ ਸਾਰੇ ਨੂੰ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਜਿਨ੍ਹਾਂ ਦੇ 85 ਤੱਕ ਨੰਬਰ ਬਣਦੇ ਨੇ ਜਰਨਲ ਕੈਟਾਗਰੀ ਦੇ ਤਾਂ ਉਹ ਬੰਦੇ ਖਾਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਜਿੰਨਾ ਹੋ ਸਕਦਾ ਕਿਉਂਕਿ ਜਿੰਨੇ ਜ਼ਿਆਦਾ ਕੈਂਡੀਡੇਟ ਓਬਜੈਕਸ਼ਨ ਲਾਉਣਗੇ ਉਹਨਾਂੇ ਜ਼ਿਆਦਾ ਚਾਂਸ ਹੋਣਗੇ ਗ੍ਰੇਸ ਮਿਲਣ ਦੇ ਇਹਦਾ ਇਹਦਾ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ 80000 ਬੰਦੇ ਨੇ ਪੇਪਰ ਦਿੱਤਾ ਹੈ 80 ਜਾਂ 90000 ਨੇ ਸ਼ਾਇਦ ਅਸੀਂ ਗਿਣਤੀ ਭੁੱਲ ਗਏ ਥੋੜੀ ਜੀ ਤਾਂ ਸਪੋਜ਼ ਕਰੋ ਕਿਸੇ ਸਵਾਲ ਤੇ 2000 ਬੰਦਾ ਆਬਜੈਕਸ਼ਨ ਲਾਉਂਦਾ ਹੈ ਤਾਂ ਕਮੇਟੀ ਉਹਦੀ ਜਾਂਚ ਕਰੂਗੀ ਹੋ ਸਕਦਾ ਤੁਹਾਡਾ ਜਿਹੜਾ ਬੈਨੀਫਿਟ ਤੁਹਾਨੂੰ ਮਿਲ ਜੇ ਇਸ ਕਰਕੇ ਤੁਹਾਨੂੰ ਬੇਨਤੀ ਆ ਤੁਸੀਂ ਇੱਥੇ ਕੁਐਸਚਨ ਜਿਹੜੇ ਆਪਣੇ ਸਿਲੈਕਟ ਕਰਨੇ ਆ ਤਾਂ ਤੁਸੀਂ ਐਸਐਸਟੀ ਦੇ ਜਿਹੜੇ ਤੁਹਾਨੂੰ ਲੱਗਦਾ ਕਿ ਆਊਟ ਆਫ ਸਿਲੇਬਸ ਸੀਗੇ ਜਾਂ ਜਿਹੜੇ ਤੇ ਤੁਹਾਨੂੰ ਆਬਜੈਕਸ਼ਨ ਇਹ ਲੱਗਦਾ ਕਿ ਇਹ ਅਨਸਰ ਗਲਤ ਨੇ ਤਾਂ ਇੱਥੇ ਤੁਸੀਂ ਉਹ ਸਿਲੈਕਟ ਕਰਕੇ ਸਪੋਜ਼ ਕਰੋ 74 ਨੰਬਰ ਸਵ ਇਸ ਤੋਂ ਬਾਅਦ ਅਨਸਰ ਵੀ ਤੁਹਾਡੇ ਅਕੋਰਡਿੰਗ ਜਿਹੜਾ ਅਨਸਰ ਹੈ ਐਸ ਪਰ ਕੀ ਅਨਸਰ ਕੀ ਤਾਂ ਅਨਸਰ ਕੀ ਦੇ ਅਨੁਸਾਰ ਜਿਹੜਾ 74 ਨੰਬਰ ਸਵਾਲ ਦਾ ਸਹੀ ਜਵਾਬ ਹੈ ਉਹ ਸੀ ਬੰਦਾ ਹੈ ਉਹਨਾਂ ਅਨੁਸਾਰ ਉਹਦਾ ਜਵਾਬ ਹੈ ਜਿਹੜਾ ਸੀ ਬੰਦਾ ਹੈ ਤਾਂ ਤੁਹਾਡੇ ਅਨੁਸਾਰ ਜਵਾਬ ਕੀ ਬੰਦਾ ਹੈ ਤੁਹਾਨੂੰ ਕੀ ਲੱਗਦਾ ਇਹਦਾ ਜਵਾਬ ਕੀ ਹੋਣਾ ਚਾਹੀਦਾ ਤਾਂ ਤੁਹਾਡੇ ਅਨੁਸਾਰ ਸਪੋਜ਼ ਕਰੋ ਬੀ ਹੋਣਾ ਚਾਹੀਦਾ ਤਾਂ ਤੁਸੀਂ ਬੀ ਦੇ ਸਿਲੈਕਟ ਕਰ ਦਿੱਤਾ ਤੇ ਇਸ ਤੋਂ ਬਾਅਦ ਇਸ ਤੋਂ ਬਾਅਦ ਕੈਂਡੀਡੇਟ ਆ ਕਮੈਂਟ ਗਿਵ ਦਾ ਵੈਲਿਡ ਰੀਜ਼ਨ ਇਸ ਤੋਂ ਬਾਅਦ ਤੁਸੀਂ ਇੱਥੇ ਲਿਖਣਾਗਾ ਵੀ ਕੀ ਰੀਜ਼ਨ ਆ ਜਾਂ ਇਹਨੂੰ ਲਿਖ ਦਿਓ ਆਊਟ ਆਊਟ ਆਫ ਸਿਲੇਬਸ ਆਪਾਂ ਆਊਟ ਆਫ ਸਿਲੇਬਸ ਲਿਖਤਾ ਜਾਂ ਤੁਸੀਂ ਜੇਕਰ ਇਹ ਤੁਹਾਨੂੰ ਗਲਤ ਲੱਗਦਾ ਤਾਂ ਤੁਸੀਂ ਇਦਾਂ ਲਿਖ ਸਕਦੇ ਹੋ ਕਿ ਬੀ ਐਰ ਸੀ ਬੋਥ ਆਨਸਰ ਇਜ਼ রাইਟਰ ਬੀ ਇਹਦੇ ਦੋ ਆਨਸਰ রাইਟ ਨੇ ਤਾਂ ਨੋਟ ਇੱਥੇ ਤੁਸੀਂ ਇਹਨੂੰ ਸਬਮਿਟ ਕਰਨਾ ਇੱਥੋਂ ਸਬਮਿਟ ਕਰਕੇ ਸਬਮਿਟ ਕਰਕੇ ਤਾਂ ਉਸ ਤੋਂ ਬਾਅਦ ਤੁਸੀਂ ਨੈਕਸਟ ਕੁਐਸਚਨ ਤੇ ਆ ਜਾਣਾ ਫਿਰ ਫਿਰ ਇੱਕ ਹੋਰ ਸਵਾਲ ਤੇ ਲਾਉਣਾ ਤਾਂ ਉੱਥੇ ਇੱਥੇ ਤੁਹਾਡੇ ਰਿਕਾਰਡ ਹੋ ਜਾਣਗੇ ਤੁਸੀਂ ਚਾਹੇ 10 ਵਾਲਾਂ ਤੇ ਲਾਓ 20 ਵਾਲਾਂ ਤੇ ਲਾਓ ਜਿੰਨੇ ਮਰਜੀ ਸਵਾਲ ਨੇ ਤੇ ਤੁਸੀਂ ਆਪਣਾ ਰਿਐਕਸ਼ਨ ਲਾ ਸਕਦੇ ਹੋ ਜਿੱਦਾਂ ਤੁਸੀਂ ਦੇਖੋ ਕਿ ਆਪਾਂ ਐਸਐਸਟੀ ਦਾ ਇਹ ਸਵਾਲ ਚ ਇਹ ਸੀਰੀਜ਼ ਦੇ 74 ਨੰਬਰ ਸਵਾਲਾ ਉਹਨਾਂ ਅਨੁਸਾਰ ਬੀ ਮੰਨਦਾ ਆਪਾਂ ਸੀ ਇਹ ਤੁਹਾਨੂੰ ਅਸੀਂ ਵੈਸੇ ਦੱਸ ਰਹੇ ਹਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਕਰਨਾ ਕਿਦਾਂ ਤੁਸੀਂ ਤਾਂ ਨੀਚੇ ਤੁਸੀਂ ਆਪਣਾ ਕਮੈਂਟ ਲਿਖਣਾ ਕੀ ਕਮੈਂਟ ਵੀ ਉਹ ਸਵਾਲ ਦਾ ਕਮੈਂਟ ਕੀ ਹੈ ਇਹਨੂੰ ਇੱਕ ਨੂੰ ਸਬਮਿਟ ਕਰਨ ਤੋਂ ਬਾਅਦ ਆਪਾਂ ਕਰਤਾ ਸਪੋਜ਼ ਕਰੋ ਤਾਂ ਇਸ ਤੋਂ ਬਾਅਦ ਇਹਨੂੰ ਡਿਲੀਟ ਵੀ ਕਰ ਸਕਦੇ ਆ ਅਸੀਂ ਇੱਥੋਂ ਡਿਲੀਟ ਕਰਤਾ ਤਾਂ ਤੁਸੀਂ ਇਸ ਤੋਂ ਬਾਅਦ ਜਿਹੜਾ ਆਪਣਾ ਸਿਸਟਮ ਹੈ ਵੀ ਫਿਰ ਨੈਕਸਟ ਸਵਾਲ ਤੇ ਆ ਜਾਣਾ ਇਸੇ ਤਰ੍ਹਾਂ ਫਿਰ ਨੈਕਸਟ ਸਵਾਲ ਤੇ ਜਦੋਂ ਦੱਬਣਾ ਐਸਐਸਟੀ ਸਿਲੈਕਟ ਏ ਫਿਰ ਦੱਬਣਾ ਫਿਰ ਉਸ ਤੋਂ ਬਾਅਦ ਤੁਸੀਂ ਸਵਾਲ ਦਾ ਨਾਮ ਫਿਰ ਇੱਥੇ ਲਿਖਣਾ ਕਿ ਕਿੰਨਾ ਨੰਬਰ ਸਵਾਲਾ ਹੁਣ ਤੁਸੀਂ 7 5 ਨੰਬਰ ਸਵਾਲ ਤੇ ਲਿਖ ਲਓ ਚਲੋ ਇਸ ਤੋਂ ਬਾਅਦ ਇਦਾਂ ਇਦਾਂ ਕਰਕੇ ਤੁਸੀਂ ਕੋਟਲ ਸਵਾਲਾਂ ਤੇ ਗ੍ਰੇਸ ਲਾਉਂ ਅਬਜੈਕਸ਼ਨ ਲਾਉਣੀ ਆ ਜਿੰਨੀ ਜ਼ਿਆਦਾ ਹੋ ਸਕਦਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਕਿਉਂਕਿ ਤੁਹਾਡੇ ਲਈ ਇਹ ਵੀਡੀਓ ਬਹੁਤ ਜ਼ਿਆਦਾ ਹੈਲਪਫੁਲ ਰਹੂਗੀ ਜੇਕਰ ਤੁਸੀਂ ਚਾਹੋ ਨਾ ਤੁਹਾਡਾ ਟੈਟ ਕੁਆਲੀਫਾਈ ਹੋਵੇ ਤੁਹਾਨੂੰ ਗ੍ਰੇਸ ਵੱਧ ਤੋਂ ਵੱਧ ਮਿਲੇ ਉਹ ਤਾਂ ਇਦਾਂ ਤੁਹਾਨੂੰ ਗ੍ਰੇਸ ਮਿਲ ਸਕਦੀ ਹੈ ਇਹ ਕੰਮ ਕਰੋ ਤੁਸੀਂ ਸਭ ਤੋਂ ਜ਼ਿਆਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨੀ ਜ਼ਿਆਦਾ ਅਬਜੈਕਸ਼ਨ ਲੱਗੂਗੀ ਉਹਨਾਂ ਤੁਹਾਡਾ ਫਾਇਦਾ ਹੋਣਾ ਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਅਪਡੇਟ ਆਪਾਂ ਨਵੀਆਂ ਤੁਹਾਡੇ ਲਈ ਲੈ ਕੇ ਆਉਂਦੇ Thank you so much.